ਸਲਮਾ ਚੁੱਪ ਕਰਾ ਬੱਚੀ ਨੂੰ। ਨਹੀਂ ਵੈਸੇ ਤੁਹਾਨੂੰ ਕਿਹੋ ਜਿਹਾ ਲੱਗਦਾ ਸੀ ਦੀਪ, ਜਿਸ ਤਰ੍ਹਾਂ ਦੀਆਂ ਦੀਪ ਬਾਰੇ ਗੱਲਾਂ ਇੰਡਸਟਰੀ 'ਚ ਫੈਲਾਈਆਂ ਗਈਆਂ? ਕਿਉਂਕਿ ਸੱਚ ਸੁਣਨਾ ਲੋਕਾਂ ਦੀ ਆਦਤ ਨਹੀਂ ਹੈ, ਠੀਕ ਹੈ, ਅਤੇ ਝੂਠ ਬਣਾ ਕੇ ਆਪਾਂ ਪੇਸ਼ ਨਹੀਂ ਕਰਨਾ, ਰਹਿਣ ਦਿਓ ਫਿਰ। ਕਿੰਨੇ ਪੈਸੇ ਨਾ? 1.5 ਲੱਖ ਰੁਪਈਆ ਪਹਿਲੀ 'ਚ, 50,000 ਰੁਪਈਆ ਦੂਜੀ 'ਚ। ਉਲਟਾ ਮੈਨੂੰ ਧਮਕੀ ਮਿਲੀ ਹੈ ਕਿ ਪੈਸੇ ਤਾਂ ਤੇਰੇ ਆ ਜਾਣਗੇ ਪਰ ਤੈਨੂੰ ਦੇਖ ਲਵਾਂਗੇ। ਮੈਂ ਕਿਹਾ ਕੋਈ ਨਹੀਂ, ਮੈਨੂੰ ਦੇਖ ਲਓ, ਜਵਾਕ ਘਰ ਰੋਟੀਆਂ ਨੂੰ ਤਰਸੀ ਜਾਂਦੇ, ਤੁਸੀਂ ਦੇਖਣਾ ਜੋ ਦੇਖ ਲਓ, ਕੋਈ ਗੱਲ ਨਹੀਂ। ਜਿਹਦੇ ਨਾਲ ਮੇਰੀ ਵਿਗੜੀ ਮਾੜੀ ਮੋਟੀ, ਉਹ ਤੋਂ ਬਾਅਦ ਇੰਡਸਟਰੀ 'ਚ ਨਹੀਂ ਦਿਖਿਆ। ਮਤਲਬ ਕਲਾਕਾਰ ਭਾਵਕ ਹੋ ਕੇ ਚਲਾ ਜਾਂਦਾ ਬਾਅਦ 'ਚ, ਉਹਦੇ ਨਾਲ ਇਹ ਕੁਛ ਹੁੰਦਾ ਪਹਿਲਾਂ ਕਿਉਂ ਨਹੀਂ ਕਮਿਟਮੈਂਟ ਕਰਦਾ ਵੀ ਯਾਰ ਮੈਨੂੰ ਦੇ? ਭਰੋਸਾ ਹੁੰਦਾ ਕਿ ਨਹੀਂ ਮਰਦੇ ਪੈਸੇ ਯਾਰ, ਕੋਈ ਗੱਲ ਨਹੀਂ, ਪੈਸੇ ਥੋੜ੍ਹੀ ਕੋਈ ਨੱਪਦਾ। ਪਰ ਉਹ ਅਗਲੇ ਦੇ ਮਨ 'ਚ ਕੀ ਚੱਲੀ ਇਹਨਾਂ ਨੂੰ ਤੁਸੀਂ ਥੋੜ੍ਹੀ ਦੇਖ ਸਕਦੇ ਹੋ। ਨਹੀਂ, ਤੁਹਾਡੇ ਨਾਲ ਕਦੇ ਕੁਛ ਇੱਦਾਂ ਦਾ ਵਾਕਿਆ ਹੋਇਆ? ਮੇਰੇ ਸਟਾਰਟਿੰਗ 'ਚ ਹੀ ਹੋਇਆ ਸੀਗਾ। ਕਿੰਨੇ ਪੈਸੇ ਨੱਪ ਲਏ? 1.5 ਲੱਖ ਰੁਪਈਆ ਪਹਿਲੀ 'ਚ, 50,000 ਰੁਪਈਆ ਦੂਜੀ 'ਚ। ਠੀਕ ਹੈ, ਤੁਸੀਂ ਨਹੀਂ ਪੋਸਟ ਪਾਈ? ਮੈਂ ਪੋਸਟ ਨਹੀਂ ਪਾਈ ਸੀ, ਪਰ ਹਾਂ ਪਤਾ ਸਾਰੀ ਦੁਨੀਆ ਨੂੰ ਲੱਗ ਹੀ ਗਿਆ ਸੀਗਾ। ਤੁਸੀਂ ਵੀ ਅਕਸਰ ਕਿਹਾ ਵੀ ਮੈਂ ਤਾਂ ਮਿਲਣ ਗਿਆ ਸੀ ਪਰ ਮੈਨੂੰ ਰੋਲ ਦਿੱਤਾ ਅਮਰਦੀਪ ਬਾਈ ਨੇ। ਉਹ ਰੋਲ ਮੈਨੂੰ, ਦੇਖੋ ਪਹਿਲੀ ਗੱਲ ਤਾਂ ਤੁਹਾਨੂੰ ਕੋਈ ਰੋਲ ਨਹੀਂ ਦੇ ਸਕਦਾ ਇੱਥੇ, ਰੋਲ ਦੀ ਲੋੜ ਹੁੰਦੀ ਹੈ। ਹੁਣ ਜੇ ਮੈਂ ਇੱਕ ਕਹਿੰਦਾ ਨਾ ਮੌਕਾ ਦੇਣਾ, ਉਹ ਮੇਰੇ ਹਿੱਸੇ ਆਇਆ ਰੋਲ, ਉਹ ਅਲੱਗ ਗੱਲ ਹੈ। ਮੌਕਾ ਉਸ ਚੀਜ਼ ਨੂੰ, ਮੈਂ ਕੋਈ ਇਹ ਨੈਗੇਟਿਵ ਨਹੀਂ ਬੋਲ ਰਿਹਾ, ਮੈਂ ਸੱਚ ਦੱਸ ਰਿਹਾ ਕਿ ਮੌਕਾ ਦੇਣਾ ਕਿਸ ਚੀਜ਼ ਨੂੰ ਕਹਿੰਦੇ ਆ। ਮੌਕਾ ਦੇਣਾ ਇਸ ਚੀਜ਼ ਨੂੰ ਕਹਿੰਦੇ ਕਿ ਮੈਂ ਇੱਕ ਅੱਜ ਸਕ੍ਰਿਪਟ ਲਿਖ ਰਿਹਾ, ਮੈਨੂੰ ਪਤਾ ਹੈ ਕੋਈ ਬਹੁਤ ਅੱਛਾ ਐਕਟਰ ਹੈ ਥੀਏਟਰ ਦਾ ਚਾਹੇ ਫਿਲਮ ਦਾ, ਉਹਨੂੰ ਕੰਮ ਨਹੀਂ ਮਿਲ ਰਿਹਾ ਪਰ ਐਕਟਰ ਬਹੁਤ ਕਮਾਲ ਹੈ, ਮੈਂ ਯਾਰ ਆਹ ਫਲਾਨਾ ਰੋਲ ਉਸੇ ਵਾਸਤੇ ਹੀ ਲਿਖਣਾ, ਚਾਹੇ ਦੁਨੀਆ ਇੱਧਰ ਦੀ ਇੱਧਰ ਹੋ ਜਾਵੇ, ਮੈਂ ਉਸੇ ਤੋਂ ਕਰਾਉਣਾ। ਮੈਂ ਉਹਨੂੰ ਮੌਕਾ ਦੇਣਾ ਇੱਕ ਆਪਣੇ ਆਪ ਨੂੰ ਸਾਬਤ ਕਰਨ ਦਾ, ਉਹਨੂੰ ਦਿਖਾਉਣ ਦਾ, ਇਹ ਹੁੰਦਾ ਮੌਕਾ। ਤੁਸੀਂ ਅੱਧੀ ਦੁਨੀਆ ਦੀ ਆਡੀਸ਼ਨ ਲੈ ਲਏ, ਫਿਰ ਇੱਕ ਬੰਦੇ ਨੇ ਤੁਹਾਨੂੰ ਕਰਕੇ ਦਿਖਾਤਾ, ਕੁਦਰਤੀ ਹੋ ਗਿਆ, ਠੀਕ ਹੈ, ਉਹ ਫਿੱਟ ਬੈਠ ਗਿਆ, ਉਹ ਮੌਕਾ ਥੋੜ੍ਹੀ ਹੁੰਦਾ। ਨਹੀਂ ਪਰ ਉਸ ਦੌਰ 'ਚ ਤਾਂ ਤੁਸੀਂ ਵੀ ਮੰਨਿਆ ਹੋਣਾ, ਚਲੋ ਮੈਨੂੰ ਫਿਲਮ ਮਿਲ ਗਈ। ਨਾ ਨਾ ਨਾ, ਇਹ ਮੈਂ ਕਦੇ ਨਹੀਂ ਮੰਨਿਆ। ਉਸ ਤੋਂ ਪਹਿਲਾਂ ਵੀ ਮੈਨੂੰ 2012 'ਚ ਵੀ ਫਿਲਮ ਆਫਰ ਹੋਈ ਸੀਗੀ, 2014 'ਚ ਵੀ ਹੋਈ ਸੀ ਮੈਨੂੰ ਫਿਲਮ ਆਫਰ, ਮੈਂ ਫਿਲਮ ਕਰਨੀ ਨਹੀਂ ਸੀਗੀ ਇੱਦਾਂ, ਮੈਂ ਐਜ਼ ਆ ਅਸਿਸਟੈਂਟ ਡਾਇਰੈਕਟਰ ਕੰਮ ਕਰ ਰਿਹਾ ਸੀ ਇਸ ਲਈ, ਕਿਉਂਕਿ ਮੇਰਾ ਪਹਿਲਾਂ ਤੋਂ ਸ਼ੁਰੂ ਤੋਂ ਸੀਗਾ ਕਿ ਮੈਂ ਮਿਹਨਤ ਬਹੁਤ ਕੀਤੀ ਹੈ, ਇਹ ਸਾਰੇ ਕਰਦੇ ਆ, ਪਰ ਅਸੀਂ ਰੈਸਲ ਬਹੁਤ ਕਰਦੇ ਹੁੰਦੇ ਸੀ, ਮੈਂ ਰੈਸਲ ਨੂੰ ਮਿਹਨਤ ਕਹਿਣਾ, ਮੈਂ ਜਿਹੜੀ ਧੱਕੇ ਖਾਣ ਵਾਲੀ ਉਹ ਮਿਹਨਤ ਨਹੀਂ ਹੁੰਦੀ, ਜਿਹੜੀ ਰੈਸਲ ਆਪਣੇ ਆਪ 'ਤੇ ਕੰਮ ਕੀਤਾ ਉਹ ਮਿਹਨਤ ਕੀਤੀ ਆ, ਸਾਰਾ ਦਿਨ ਰੈਸਲ ਕਰੀ ਜਾਣਾ, ਤਾਂ ਆਪਣੇ ਆਪ 'ਤੇ ਇੱਕ ਬਿਲੀਵ ਸੀ ਕਹਿ ਲਓ, ਜਾਂ ਇੱਕ ਐਂ ਸੀ ਮੈਨੂੰ ਵੀ ਮੈਂ ਯਾਰ ਵੀ ਜੇ ਇੰਨਾ ਕੁਛ ਮੱਥਾ ਮਾਰ ਰਿਹਾ। ਬਹੁਤ ਸਾਰੇ ਲੋਕ ਉਹਨਾਂ ਨੂੰ ਕਹਿੰਦੇ ਵੀ ਇਮੋਸ਼ਨਲੀ ਬਹੁਤ ਬਲੈਕਮੇਲ ਕਰਦੇ ਆ ਸੋਸ਼ਲ ਮੀਡੀਆ 'ਤੇ, ਰੋ ਕੇ ਪੋਸਟ ਪਾਉਣੀ। ਤੁਸੀਂ ਦੇਖੋ, ਮੈਨੂੰ ਕਦੇ ਉਹਨਾਂ ਨੇ ਇਮੋਸ਼ਨਲੀ ਬਲੈਕਮੇਲ ਨਹੀਂ ਕੀਤਾ, ਮੈਨੂੰ ਕਦੇ ਨਹੀਂ ਉਹਨਾਂ ਨੇ ਇੱਦਾਂ ਕਿਹਾ ਵੀ ਆਹ ਹੋ ਜੂਗਾ ਉਹ ਹੋ ਜੂਗਾ, ਮੈਨੂੰ ਕੁਛ ਨਹੀਂ ਕਿਹਾ। ਜਸਟ ਮੈਂ ਬੈਠਾ ਸੀ ਉੱਥੇ, ਮੈਨੂੰ ਰੋਲ ਸੁਣਾਇਆ, ਮੈਂ ਵੀ ਸਿੱਧੀ ਗੱਲ ਆ, ਮੈਨੂੰ ਹੈ ਨਹੀਂ ਸੀ ਭਰੋਸਾ ਇੰਡਸਟਰੀ 'ਤੇ ਵੈਸੇ ਵੀ ਕਿ ਯਾਰ ਐਡਾ ਵੱਡਾ ਰੋਲ, ਰੋਲ ਬਹੁਤ ਵੱਡਾ ਸੀਗਾ ਕਿ ਐਡਾ ਵੱਡਾ ਰੋਲ ਇੱਕ ਨਵੇਂ ਬੰਦੇ ਨੂੰ ਕਹਿ ਲਓ, ਨਵੇਂ ਕਹਿੰਦੇ ਹੁੰਦੇ ਆਪਾਂ ਤਾਂ, ਹਾਲਾਂਕਿ ਚਾਹੇ ਉਹਨੂੰ ਪਿੱਛੇ 15 ਸਾਲ ਥੀਏਟਰ ਕਰਦੇ ਨੂੰ ਹੋ ਗਏ ਹੁਣ, ਪਰ ਜਦੋਂ ਉਹਦਾ ਪਹਿਲਾ ਕੰਮ ਹੁੰਦਾ ਉਹਦੇ ਵਾਸਤੇ, ਉਹ ਲੋਕਾਂ ਵਾਸਤੇ ਕਹਿ ਲਓ, ਡਾਇਰੈਕਟਰਾਂ ਵਾਸਤੇ, ਆਹੀ ਹੁੰਦਾ ਵੀ ਨਵਾਂ ਹੀ ਹੈ, ਨਵਾਂ ਕੰਮ ਸੀ। ਮੈਨੂੰ ਲੱਗਦਾ ਸੀਗਾ ਕਿ ਨਹੀਂ ਮੈਨੂੰ ਤਾਂ ਰੋਲ ਦੇਣਾ ਨੀਗਾ, ਚਲੋ ਆਡੀਸ਼ਨ ਕਿਹਾ ਦੇ ਕੇ ਦੇਖ ਲੈਂਦੇ ਹਾਂ, ਜਸਟ ਆ ਟਾਈਮ ਪਾਸ। ਮੈਂ ਆਡੀਸ਼ਨ ਦੇ ਕੇ ਦੇਖਿਆ, ਉਹ ਹੋ ਗਿਆ, ਤਾਂ ਮੈਨੂੰ ਕੋਈ ਇੱਦਾਂ ਦਾ ਇਮੋਸ਼ਨਲੀ ਨਹੀਂ ਕੀਤਾ ਸੀਗਾ। ਬਟ ਹਾਂ, ਉਸ ਤੋਂ ਬਾਅਦ ਜਿਹੜੀਆਂ ਵੀ ਘਟਨਾਵਾਂ ਵਾਪਰੀਆਂ ਉਹ ਫਿਰ ਚੱਲਦੀ ਫਿਲਮ ਦੇ ਵਿੱਚ ਵਾਪਰੀਆਂ, ਚੱਲਦੀ ਫਿਲਮ ਦੇ ਵਿੱਚ ਵਾਪਰੀਆਂ ਘਟਨਾਵਾਂ, ਮੈਂ ਫਿਲਮ ਛੱਡ ਵੀ ਸਕਦਾ ਸੀਗਾ। ਮੈਨੂੰ ਕਿਹਾ ਵੀ ਗਿਆ ਸੀਗਾ ਕਿ ਅਸੀਂ ਜਿਹੜੇ ਸੀਨ ਹੋ ਗਏ ਵੀ ਹੋਰ ਵੱਡਾ ਕਲਾਕਾਰ ਲੈ ਕੇ ਅਸੀਂ 1.5-2 ਕਰੋੜ ਰੁਪਇਆ ਹੋਰ ਇਕੱਠਾ ਕਰਕੇ ਵੀ ਫਿਲਮ ਸ਼ੂਟ ਕਰ ਲਾਂਗੇ, ਪਰ ਮੇਰਾ ਸੀਗਾ ਸ਼ੁਰੂ ਤੋਂ ਇੱਕ ਇਮਾਨਦਾਰੀ ਕਿ ਮੇਰੀ ਕਿਸੇ ਬੰਦੇ ਨਾਲ ਪਰਸਨਲੀ
ਲੜਾਈ ਹੋ ਸਕਦੀ ਹੈ, ਕਲਾ ਨਾਲ, ਫਿਲਮ ਨਾਲ, ਨਾਟਕ ਨਾਲ ਮੇਰਾ ਕੋਈ ਗੁੱਸਾ ਗਿਲਾ ਨਹੀਂ ਹੈਗਾ। ਠੀਕ ਹੈ, ਮੈਂ ਉਸ ਤੋਂ ਬਾਵਜੂਦ ਵੀ ਉਸ ਤੋਂ ਬਾਅਦ ਉਹ ਫਿਲਮ ਪੂਰੀ ਕੀਤੀ ਹੈ। ਅੱਛਾ, ਉਹ ਜਿਹੜੇ ਸਨਾਤਕੋ ਡਾਇਲੋਗ ਤੁਹਾਡਾ ਬਹੁਤ ਸੀਗਾ ਵੀ, ਮਤਲਬ ਬਾਹਲਾ ਸ਼ੌਂਕ ਆ ਤੁਹਾਨੂੰ ਤਾਂ ਬਣਾ ਹੀ ਦਿੰਦੇ ਹਾਂ। ਹਾਂ, ਉਹ ਸੀਗਾ ਸਲਮਾ ਚੁੱਪ ਕਰਾ ਬੱਚੀ ਨੂੰ, ਅੰਦਰ ਲੈ ਜਾ, ਭੁੱਖ ਲੱਗੀ ਹੋਣੀ ਹੈ, ਰੋਣੀ ਨਹੀਂ ਚਾਹੀਦੀ ਜਵਾਕੜੀ। ਵਧੀਆ ਸੀਗਾ। ਨਹੀਂ, ਇੱਕ ਹੋਰ ਦੂਸਰਾ ਵੀ ਸੀਗਾ ਵੀ, ਦੂਜਾ ਸੀਗਾ ਕਿ ਚੰਗੇ ਭਲੇ ਪੜ੍ਹੇ ਲਿਖੇ ਮੁੰਡੇ ਖੁਸਰੇ ਬਣ ਬਣ ਕੇ ਮੰਗਦੇ ਆ। ਉਹਦੇ ਲਈ ਫਿਰ ਕਿੰਨਾ ਕੁ ਤੁਸੀਂ ਉਸ ਕਰੈਕਟਰ ਨੂੰ, ਤਾਂ ਚਲੋ ਤੁਹਾਨੂੰ ਮਿਲ ਗਿਆ, ਫਿਰ ਉਹ ਟਰਾਂਸਜੈਂਡਰ ਕਮਿਊਨਿਟੀ ਦੇ ਨਾਲ ਤੁਸੀਂ ਮਿਲੇ ਜਾਂ ਫਿਰ ਉਹਨਾਂ ਨੂੰ, ਮਤਲਬ ਇੱਕ ਮੈਂ ਮਿਲਿਆ ਜ਼ਰੂਰ ਸੀ ਉਹਨਾਂ ਨੂੰ, ਗਿਆ ਸੀਗਾ। ਦੇਖੋ, ਯਕਦਮ ਤੁਸੀਂ ਕੋਈ ਵੀ ਇੱਦਾਂ ਦਾ ਡਿਫੀਕਲਟ ਕਰੈਕਟਰ ਹੁੰਦਾ ਜਿਹੜਾ, ਉਹ ਤੁਸੀਂ ਨਹੀਂ ਕਰ ਸਕਦੇ, ਚਾਹੇ ਤੁਸੀਂ ਜਾਣਦੇ ਹੋ ਉਸ ਚੀਜ਼ ਨੂੰ, ਚਾਹੇ ਤੁਸੀਂ ਐਕਟਰ ਜਿੱਡੇ ਵੱਡੇ, ਜਿੰਨੇ ਵੀ ਤਕੜੇ ਹੈਗੇ ਹੋ, ਜਾਂ ਜਿੰਨੀ ਮਰਜ਼ੀ ਪ੍ਰੈਕਟਿਸ ਆ ਤੁਹਾਡੀ, ਔਰ ਇੱਕ ਵਾਰੀ ਫਿਰ ਵੀ ਤੁਹਾਨੂੰ ਨਾ ਰਿਵਾਇੰਡ ਜਿਹਾ ਕਰਨਾ ਪੈਂਦਾ ਕਿ ਅੱਛਾ ਯਾਰ ਮੈਂ ਇੱਕ ਵਾਰੀ ਦੇਖ ਲਾਂ ਵੀ ਕਿੱਦਾਂ ਜੇ ਕਰਦੇ ਆ। ਤਾਂ ਉਹਦੇ ਵਾਸਤੇ ਮੈਂ ਗਿਆ ਸੀਗਾ, ਉਹ ਦੇਖਿਆ ਜ਼ਰੂਰ ਹੈ। ਅੱਛਾ, ਕੀ ਦਰਦ ਕੀ ਮਹਿਸੂਸ ਕਰਿਆ ਤੁਸੀਂ ਉਸ ਦੌਰ 'ਚ, ਮਤਲਬ ਵੀ ਜਦੋਂ ਤੁਸੀਂ ਉਹ ਕੱਪੜੇ ਪਾਏ, ਉਹ ਗੈਟਅਪ 'ਚ ਹੁੰਦੇ ਹੋ, ਹੱਥ 'ਚ ਤੁਹਾਡੇ ਲੱਗਿਆ ਹੋਇਆ, ਤਾਂ ਕੀ ਮਹਿਸੂਸ ਕੀ ਕਰਦੇ ਹੋ ਕਿ ਯਾਰ ਇਹਨਾਂ ਦੀ ਦੁਨੀਆ, ਤੁਸੀਂ ਕੱਪੜੇ ਪਾ ਕੇ ਵੱਖਰੀ ਦੁਨੀਆ 'ਚ ਆ ਗਏ? ਨਹੀਂ, ਇੱਦਾਂ ਦਾ ਕੁਛ ਨਹੀਂ ਹੁੰਦਾ। ਜੇ ਕੋਈ ਕਹਿੰਦਾ ਕਿ ਮੈਂ ਕੱਪੜੇ ਪਾਉਣ ਸਾਰ ਮੈਨੂੰ ਲੱਗਿਆ ਕਿ ਮੈਂ ਬੜੀ ਅਜੀਬ ਜਿਹੀ ਦੁਨੀਆ 'ਚ ਆ ਗਿਆ, ਮੇਰੇ ਅੰਦਰ ਉਹ ਆ ਗਿਆ, ਇੱਦਾਂ ਦਾ ਕੁਛ ਨਹੀਂ ਹੁੰਦਾ। ਤੁਸੀਂ ਉਹੀ ਰਹਿੰਦੇ ਹੁੰਦੇ ਹੋ, ਤੁਹਾਨੂੰ ਵੀ ਪਤਾ ਤੁਸੀਂ ਉਹੀ ਹੋ, ਬਸ ਠੀਕ ਹੈ। ਬਸ ਕਈ ਵਾਰੀ ਕੁਛ ਇੱਦਾਂ ਦਾ ਹੋ ਜਾਂਦਾ, ਕੁਛ ਘਟਨਾ ਇੱਦਾਂ ਦੀ ਵਾਪਰ ਜਾਂਦੀ ਹੈ ਕਿ ਹਾਂ, ਕਿ ਜਦੋਂ ਤੁਸੀਂ ਉਹ ਕਰੈਕਟਰ ਕਰ ਰਹੇ ਹੁੰਦੇ ਹੋ ਤਾਂ ਤੁਸੀਂ ਜੋ ਬੋਲ ਰਹੇ ਹੁੰਦੇ ਹੋ ਉਹ ਕਰੈਕਟਰ 'ਚ ਹੁੰਦੇ ਹੋ ਤੁਸੀਂ ਅਸਲ 'ਚ, ਤਾਂ ਕਰਕੇ ਜੋ ਤੁਸੀਂ ਬੋਲ ਰਹੇ ਹੁੰਦੇ ਹੋ ਐਂ ਲੱਗਦਾ ਜਿਵੇਂ ਉਹ ਕਰੈਕਟਰ ਹੀ ਕਰ ਰਿਹਾ। ਪਰ ਕਈ ਵਾਰੀ ਇਹ ਵੀ ਹੋਇਆ ਵੀ ਜਿਵੇਂ, ਮਤਲਬ ਜਿੰਨਾਂ ਘਰਾਂ ਦੇ ਵਿੱਚ ਟਰਾਂਸਜੈਂਡਰ ਪੈਦਾ ਹੁੰਦਾ ਜਾਂ ਕਿੰਨਰ ਪੈਦਾ ਹੁੰਦੇ ਆ, ਤਾਂ ਕਈ ਚਿਰ ਲੁਕੋ ਕੇ ਰੱਖਦੇ ਆ ਵੀ ਮਤਲਬ ਸਾਹਮਣੇ ਨਾ ਆਵੇ, ਜਾਂ ਇਸ ਤਰ੍ਹਾਂ ਦੀਆਂ ਘਟਨਾਵਾਂ ਤੁਸੀਂ ਦੇਖੀਆਂ ਜਾਂ ਸੁਣੀਆਂ? ਮੈਂ ਦੇਖੀਆਂ ਨਹੀਂ, ਮੈਂ ਸੁਣੀਆਂ ਵੀ ਨਹੀਂ ਹੈਗੀਆਂ। ਮੈਂ ਸਿਰਫ ਇੱਕ ਨਾਟਕ ਹੈ ਜ਼ਿੰਦਗੀ, ਉਹ ਪੜ੍ਹਿਆ ਸੀਗਾ, ਖੇਡਿਆ ਵੀ ਹੈ, ਉਹਦੇ 'ਚ ਦੇਖੀ ਸੀਗੀ, ਜਾਂ ਫਿਰ ਇੱਕ ਫਿਲਮ ਸੀਗੀ ਪਾਕਿਸਤਾਨ ਦੀ ਸੀ ਬੋਲ, ਉਹ ਦੇਖੀ ਸੀਗੀ, ਤਾਂ ਉਹਦੇ 'ਚ ਦੇਖਿਆ ਮੈਂ। ਰੀਅਲ ਲਾਈਫ 'ਚ ਮੈਂ ਕੋਈ ਇੱਦਾਂ ਦਾ ਘਟਨਾ ਨਹੀਂ ਦੇਖੀ। ਨਹੀਂ, ਅਸਲ 'ਚ ਕੀ ਤੁਸੀਂ ਸਦਰ ਕੀ ਮਹਿਸੂਸ, ਜਿਵੇਂ ਅਕਸਰ ਜਿਵੇਂ ਅਸੀਂ ਜਿੰਨਾ ਕੁ ਅਸੀਂ ਉਹਨਾਂ ਬਾਰੇ ਦੇਖਦੇ ਹਾਂ, ਜਾਂ ਉਹਨਾਂ ਦੇ ਅੰਦਰ ਇੱਕ ਕੀ ਹੁੰਦਾ ਵੀ ਯਾਰ ਜਿਹੜੀਆਂ ਖੁਸ਼ੀਆਂ ਆਮ ਲੋਕਾਂ ਦੀਆਂ ਉਹ ਨਹੀਂ ਹੁੰਦੀਆਂ ਉਹਨਾਂ ਦੀਆਂ, ਮਤਲਬ ਉਹਨਾਂ ਖੁਸ਼ੀਆਂ ਤੋਂ ਵਾਂਝੇ ਹੁੰਦੇ? ਨਹੀਂ, ਮੈਨੂੰ ਨਹੀਂ ਲੱਗਦਾ ਕਿ ਇੱਦਾਂ ਦਾ ਕੋਈ, ਮੈਨੂੰ ਲੱਗਦਾ ਹੁੰਦਾ ਕਿ ਯਾਰ ਦੇਖੋ ਉਹ ਉਹਨਾਂ ਦੇ ਹਿੱਸੇ ਕਿਰਦਾਰ ਆਇਆ, ਉਹ ਕਰ ਰਹੇ ਆ ਰੀਅਲ ਲਾਈਫ 'ਚ, ਜਿਵੇਂ ਭਾਮੀ ਮਹੰਤ ਦਾ ਮੇਰੇ ਫਿਲਮ ਦੇ ਹਿੱਸੇ ਆਇਆ ਸੀ ਤਾਂ ਮੈਂ ਫਿਲਮ 'ਚ ਕੀਤਾ, ਇਹਨਾਂ ਦੇ ਰੀਅਲ ਲਾਈਫ 'ਚ ਇੱਕ ਕਿਰਦਾਰ ਹਿੱਸੇ ਆਇਆ, ਸਾਡੇ ਹਿੱਸੇ ਆਹ ਕਿਰਦਾਰ ਆਇਆ, ਤੁਹਾਡੇ ਹਿੱਸੇ ਆਹ ਕਿਰਦਾਰ ਆਇਆ, ਤੁਸੀਂ ਕਰ ਰਹੇ ਹੋ, ਤਾਂ ਕਿਰਦਾਰ ਆਇਆ ਉਹਦੇ ਨਾਲ ਕੋਈ ਖੁਸ਼ੀਆਂ ਘੱਟ ਵੱਧ ਤਾਂ ਮੈਨੂੰ ਲੱਗਦਾ ਕੋਈ ਲੈਣਾ ਦੇਣਾ ਨਹੀਂ। ਵੈਸੇ ਤੁਹਾਨੂੰ ਕਿਹੋ ਜਿਹਾ ਲੱਗਦਾ ਸੀ ਦੀਪ, ਜਿਸ ਤਰ੍ਹਾਂ ਦੀਆਂ ਦੀਪ ਬਾਰੇ ਗੱਲਾਂ ਇੰਡਸਟਰੀ 'ਚ ਫੈਲਾਈਆਂ ਗਈਆਂ ਜਾਂ ਸੋਸ਼ਲ ਮੀਡੀਆ 'ਤੇ ਫੈਲਾਈਆਂ ਗਈਆਂ, ਤੁਹਾਨੂੰ ਉਹਨਾਂ 'ਚੋਂ ਕੀ ਲੱਗਦਾ? ਦੇਖੋ, ਜਿੰਨਾ ਚਿਕਰ ਕਹਿ ਲਓ ਵੀ ਤੁਹਾਡੇ ਨਾਲ ਕੋਈ ਬੰਦਾ ਸਾਹਮਣੇ ਉਹੋ ਜਿਹੀ ਘਟਨਾ ਨਹੀਂ ਕਰਦਾ ਤਾਂ ਉਹਨਾਂ ਚਿਕਰ ਤੁਸੀਂ ਉਹਦੇ ਬਾਰੇ ਪਰਟੀਕੂਲਰ ਕੋਈ ਕੋਈ ਬਿਆਨ ਨਹੀਂ ਦੇ ਸਕਦੇ, ਹੈ ਨਾ। ਤਾਂ ਮੈਂ ਉੱਦਾਂ ਦਾ ਕੋਈ ਕਹਿਣਾ ਨਹੀਂ ਚਾਹੁੰਦਾ, ਕੋਈ ਵੀ ਇੱਦਾਂ ਦੀ ਗੱਲ ਜਿਹੜੀ ਕੱਲ੍ਹ ਨੂੰ ਐਵੇਂ ਮਸਲਾ ਬਣ ਜਾਵੇ ਯਾਰ ਇਹਨੇ ਐਂ ਕਹਿਤਾ, ਕਿਉਂਕਿ ਸੱਚ ਸੁਣਨਾ ਲੋਕਾਂ ਦੀ ਆਦਤ ਨਹੀਂ ਹੈ, ਠੀਕ ਹੈ, ਅਤੇ ਝੂਠ ਬਣਾ ਕੇ ਆਪਾਂ ਪੇਸ਼ ਨਹੀਂ ਕਰਨਾ, ਰਹਿਣ ਦਿਉ ਫਿਰ, ਠੀਕ ਹੈ। ਨਹੀਂ, ਪਰ ਉਹ ਕਰੈਕਟਰ ਹੈ ਜਿਹੜਾ ਜਦੋਂ ਤੁਸੀਂ ਉਹਦੇ ਵਿੱਚ ਗੁਜ਼ਰਦੇ ਹੋ, ਕਿਉਂਕਿ ਅਸਲ ਦੇ ਵਿੱਚ ਵੀ ਦੀਪ ਦੇ ਜਿਹੜੇ ਨੇ ਹੰਢਾਈਆਂ ਹੋਈਆਂ ਸੀ ਚੀਜ਼ਾਂ ਬਚਪਨ ਦੇ ਵਿੱਚ ਹੀ ਉਹਦੇ, ਹੈ ਨਾ, ਜਿੱਦਾਂ ਫੈਮਿਲੀ 'ਚੋਂ ਮੰਮੀ ਉਹਦੇ ਤੁਰ ਜਾਂਦੇ ਆ, ਤਾਂ ਜਦੋਂ ਤੁਹਾਡੇ ਨਾਲ ਉਹ ਸੀਨ ਕਰ ਰਹੇ ਸੀ ਤਾਂ ਫਿਰ ਕਦੇ ਇਮੋਸ਼ਨਲੀ ਹੋਇਆ ਬਾਈ? ਮੇਰੇ ਨਾਲ ਕੋਈ ਉਹਦੇ ਫੋਨ 'ਤੇ ਹੁਣ ਜਿਹੜੇ ਫੋਨ ਸੀਨ ਸੀਗੇ ਉਹ ਕਦੇ ਵੀ ਨਾਲ ਨਹੀਂ ਹੁੰਦੇ, ਇੱਧਰੋਂ ਮੇਰਾ ਕੱਟ ਲੈ ਲਿਆ। ਨਹੀਂ, ਇੱਕ 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 ਦੋ ਥਾਵਾਂ 'ਤੇ ਤੁਸੀਂ ਸ਼ਾਇਦ ਮਿਲਦੇ ਵੀ ਹੋ, ਮਿਲਣ ਵਾਲੇ ਸੀਨ ਕੱਟਤੇ ਸੀਗੇ ਇਹਨਾਂ ਨੇ। ਅੱਛਾ, ਉੱਦਾਂ ਮਿਲਣ ਵਾਲੇ ਸੀਨ ਨਹੀਂ ਹੈਗੇ ਐਡੇ ਖਾਸ, ਠੀਕ ਹੈ।
ਤਾਂ ਮੇਰੇ ਕਾਫੀ ਸੀਨ ਕੱਟੇ ਹੋਏ ਫਿਲਮ ਦੇ ਵਿੱਚੋਂ, ਤੇ ਅਸਲ 'ਚ ਜਿਹੜੀ ਫਿਲਮ ਸੀਗੀ ਉਹ ਫਿਲਮ ਹੋਰ ਸੀ, ਜਿਹੜੀ ਸਕਰੀਨ 'ਤੇ ਤੁਸੀਂ ਦੇਖੀ ਉਹ ਫਿਲਮ ਹੋਰ ਸੀ। ਅੱਛਾ, ਇਹ ਕਿਉਂ ਹੋਇਆ ਜਾਂ ਇਹਦੇ ਪਿੱਛੇ? ਦੇਖੋ ਮੈਂ ਤੁਹਾਨੂੰ ਦੱਸ ਦਿੰਦਾ, ਇੱਕ ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿ ਸਕਦੇ, ਹਰੇਕ ਬੰਦੇ ਨੂੰ ਹੁੰਦਾ ਯਾਰ ਮੈਂ ਪੈਸੇ ਲਾ ਰਿਹਾ ਤਾਂ ਮੈਂ ਦਿਖਾ, ਨਹੀਂ ਕੱਲ੍ਹ ਨੂੰ ਮੈਂ ਆਊਂਗਾ ਆਪਦਾ ਪ੍ਰੋਡਿਊਸਰ ਹੋਊਂਗਾ, ਤਾਂ ਹਰੇਕ ਬੰਦੇ ਨੂੰ ਹੁੰਦਾ ਕਿ ਯਾਰ ਜੇ ਮੈਂ ਪੈਸੇ ਲਾਊਂਗਾ ਤਾਂ ਵੀਰੇ ਮੈਂ ਦਿਖਣਾ ਚਾਹੀਦਾ, ਦੂਜਾ ਬੰਦਾ ਨਹੀਂ ਉੱਭਰਨਾ ਚਾਹੀਦਾ, ਦਬਾਇਆ ਜਾਂਦਾ, ਦਬਾਇਆ ਜਾ ਲਓ ਕਿਆ ਨਹੀਂ, ਉਹਦੀ ਉਹ ਗਲਤੀ ਨਾਲ ਦਬਾਇਆ ਜਾ ਰਿਹਾ, ਅਸਲ 'ਚ ਪਰਸਨਲੀ ਉਹਦਾ ਜਿਹੜਾ ਹੈਗਾ ਸਵਾਰਥ ਹੋਇਆ ਕਿ ਮੈਂ ਉੱਭਰਾਂ, ਹੁਣ ਉਹਦੇ ਉੱਭਰ ਨਾਲ ਕੌਣ ਦਬਾਇਆ ਜਾ ਰਿਹਾ ਉਹਨੂੰ ਕੋਈ ਫਰਕ ਨਹੀਂ।